ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ, ਲੈ ਕੇ ਹਾਜ਼ਰ ਹਾਂ ਤੁਹਾਡਾ ਮਨਪਸੰਦ ਦਾ ਸ਼ੋਅ ਰੂਹਾਨੀ ਗੱਲਾਂ। ਸਿਫਤ ਸਲਾਹ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਨਾਲ ਹੀ ਮੇਰੀ ਫਤਿਹ ਕਰੋ ਪ੍ਰਮਾਣ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋਂ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਸ਼ਖਸੀਅਤਾਂ ਨਾਲ ਤੁਹਾਨੂੰ ਮੁਖਾਤਿਬ ਕਰਾਈਏ ਜਿਨ੍ਹਾਂ ਨੇ ਸਿੱਖ ਧਰਮ ਦੇ ਲਈ, ਸਿੱਖ ਕੌਮ ਦੇ ਲਈ ਔਰ ਆਪਣੀ ਕੌਮ ਨੂੰ ਅੱਗੇ ਵੇਖਣ ਲਈ, ਇਹਦੇ ਫਿਊਚਰ ਨੂੰ ਸਿਕਿਓਰ ਕਰਨ ਦੇ ਲਈ ਆਪਣੇ ਆਪ ਨੂੰ ਤਾਂ ਇੰਟਲੈਕਚੁਅਲ ਕੀਤਾ, ਆਪਣੇ ਆਪ ਨੂੰ ਇੰਨਾ ਇੰਟਲੈਕਟ ਕੀਤਾ ਕਿ ਉਹ ਹੁਣ ਅੱਗੇ ਬੱਚਿਆਂ ਨੂੰ ਵੀ ਇੰਟਲੈਕਟ ਕਰ ਰਹੇ ਨੇ, ਉਹਨਾਂ ਨੂੰ ਵੀ ਇੰਟਲੈਕਚੁਅਲ ਲੈਵਲ ਉਹਨਾਂ ਦੇ ਅੰਦਰ ਜਿਹੜਾ ਇਨਕਰੀਜ਼ ਕਰਨਾ ਚਾਹੀਦਾ ਉਹਦੇ ਵੱਲ ਸੋਚ ਰਹੇ ਨੇ, ਬੱਚਿਆਂ ਨੂੰ ਉਹ ਨੌਲੇਜ ਦੇ ਰਹੇ ਨੇ ਜੋ ਕਿ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਸਮਝਣਾ ਔਰ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਨਾ ਲਾਜ਼ਮੀ ਬਣ ਜਾਂਦਾ। ਅਤੇ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਉਹਨਾਂ ਉਂਗੀਆਂ ਸ਼ਖਸੀਅਤਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂ ਜਿਨ੍ਹਾਂ ਨੇ ਵਾਕਈ ਹੀ ਕੌਮ ਦੇ ਲਈ ਅਹਿਮ ਭੂਮਿਕਾ ਨਿਭਾਈ ਹੈ ਅਤੇ ਯੋਗਦਾਨ ਪਾ ਰਹੇ ਨੇ। ਅੱਜ ਮੈਂ ਜਿਸ ਸ਼ਖਸੀਅਤ ਨਾਲ ਤੁਹਾਨੂੰ ਮੁਖਾਤਿਬ ਕਰਾਵਾਂਗਾ, ਉਹਨਾਂ ਨੇ ਵੀ ਇੱਕ ਅਜਿਹਾ ਨੌਜਵਾਨ ਸਾਡੀ ਕੌਮ ਨੂੰ ਦਿੱਤਾ ਜਿਹਨੇ ਵਿਦੇਸ਼ਾਂ ਦੇ ਵਿੱਚ, ਦੇਸ਼ ਦੇ ਵਿੱਚ ਪੰਜਾਬ ਦਾ, ਪੰਜਾਬੀਅਤ ਦਾ, ਪੰਜਾਬੀ ਮਾਂ ਬੋਲੀ ਦਾ ਨਾਂ ਰੋਸ਼ਨ ਕੀਤਾ। ਨਾਂ ਰੋਸ਼ਨ ਹੀ ਨਹੀਂ ਕੀਤਾ ਬਲਕਿ ਉਹਨੇ ਸਿੱਖ ਕੌਮ ਨੂੰ ਇੱਕ ਨਵੀਂ ਪਹਿਚਾਣ ਵੀ ਦਵਾਈ ਸੀ। ਅੱਜ ਬੜੇ ਦੁੱਖ ਦੇ ਨਾਲ ਮੈਨੂੰ ਕਹਿਣਾ ਪੈਂਦਾ ਕਿ ਉਹ ਸ਼ਖਸੀਅਤ ਤਾਂ ਮੇਰੇ ਨਾਲ ਮੌਜੂਦ ਨਹੀਂ, ਲੇਕਿਨ ਜਿਸ ਸ਼ਖਸੀਅਤ ਤੋਂ ਉਸਨੇ ਟੀਚਿੰਗਸ ਔਰ ਪ੍ਰੀਚਿੰਗਸ ਪ੍ਰਾਪਤ ਕੀਤੀਆਂ ਸੀਗੀਆਂ ਉਹ ਮੇਰੇ ਨਾਲ ਮੌਜੂਦ ਨੇ। ਮੈਂ ਗੱਲ ਕਰ ਰਿਹਾ ਇਸ਼ਮੀਤ ਸਿੰਘ ਦੀ। ਅਗਰ ਤੁਹਾਨੂੰ ਉਹ ਰੂਹ ਯਾਦ ਹੋਣੀ ਹੈ ਜਿਹਨੇ ਫਕਰ ਦੇ ਨਾਲ ਸਾਡਾ ਮਾਣ ਵਧਾਇਆ ਅਤੇ ਸਾਡਾ ਸਰ ਉੱਚਾ ਕੀਤਾ, ਅੱਜ ਉਹਨਾਂ ਦੇ ਚਾਚਾ ਜੀ, ਉਹਨਾਂ ਦੇ ਟੀਚਰ ਔਰ ਨਵੇਂ ਬੱਚਿਆਂ ਨੂੰ ਸਿਖਾਉਂਦੇ ਹੋਏ ਜ਼ਿਹਨ ਦੇ ਵਿੱਚ, ਆਪਣੇ ਦਿਲ ਦੇ ਵਿੱਚ ਸਿਰਫ ਇੱਕ ਹੀ ਗੱਲ ਰੱਖ ਰਹੇ ਨੇ ਕਿ ਮੈਨੂੰ ਬੱਚਿਆਂ ਨੂੰ ਉਹਨਾਂ ਦਾ ਸੁਨਹਿਰਾ ਭਵਿੱਖ ਦੇਣਾ। ਡਾਕਟਰ ਚਰਨ ਕਮਲ ਸਿੰਘ ਜੀ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਡਾਕਟਰ ਸਾਹਿਬ, ਕਰੋ ਫਤਿਹ ਪ੍ਰਵਾਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਆਪਣੇ ਨਾਲ ਨਾਲ ਆਪਣੇ ਬੱਚਿਆਂ ਨੂੰ ਵੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਟੀਚਾ ਹੈ ਕਿ ਇਹ ਹੋਰ ਵੀ ਬੱਚਿਆਂ ਨੂੰ ਪ੍ਰੀਚਿੰਗਸ ਦੇਣ, ਟੀਚਿੰਗਸ ਦੇਣ ਕਿ ਆਖਿਰਕਾਰ ਕੌਮ ਦੇ ਵਿੱਚ ਤੁਸੀਂ ਜਨਮੇ ਹੋ, ਤੁਹਾਨੂੰ ਇਹ ਕੌਮ ਕੀ ਸਿਖਾਉਂਦੀ ਹੈ, ਕਿਸ ਕੌਮ ਦਾ ਤੁਸੀਂ ਵਾਰਿਸ ਹੋ, ਔਰ ਇਹੀ ਸੁਨਹਿਰਾ ਭਵਿੱਖ ਲੈਂਦੇ ਹੋਏ ਅੱਜ ਅਸੀਂ ਰੂਹਾਨੀ ਗੱਲਾਂ ਦੇ ਵਿੱਚ ਕਰਾਂਗੇ ਇਹਨਾਂ ਦੇ ਨਾਲ ਰੂਹਾਨੀ ਗੱਲਾਂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਮੇਰਾ ਤਾਂ ਸਵਾਲ ਇਹ ਬਣਦਾ, ਉਸ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਵਾਗਤ ਕਰਨਾ ਚਾਹੁੰਦਾ ਔਰ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਕੀਮਤੀ ਸਮਾਂ ਕੱਢ ਕੇ ਮੇਰੇ ਸ਼ੋਅ ਦੇ ਵਿੱਚ ਆਏ ਹੋ, ਔਰ ਸ਼ੋਅ ਦੇ ਵਿੱਚ ਤੁਸੀਂ ਅੱਜ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਕੀ ਦੱਸਣਾ ਚਾਹੋਗੇ ਜੇਕਰ ਮੈਂ ਰੂਹਾਨੀ ਗੱਲਾਂ ਦੀ ਗੱਲ ਕਰਦਾ, ਅਤੇ ਰੂਹਾਨੀ ਤੋਂ ਤੁਹਾਨੂੰ ਕੀ ਤੁਹਾਡੇ ਜ਼ਿਹਨ ਦੇ ਵਿੱਚ ਆਉਂਦਾ? ਸਾਡਾ ਹਰ ਇਨਸਾਨ ਦਾ ਰੂਹ ਦਾ ਰਿਸ਼ਤਾ ਆਪਣੇ ਰੱਬ ਦੇ ਨਾਲ ਹੈ। ਇਹ ਸਾਡਾ, ਜੇ ਅੱਜ ਕੱਲ੍ਹ ਦੇ ਬੱਚਿਆਂ ਦੀ ਲੈਂਗੁਏਜ ਕਹੀਏ, ਸਾਡਾ ਵਾਈਫਾਈ ਕਨੈਕਸ਼ਨ। ਵੀ ਆਰ ਰਿਲੇਟਡ ਐਂਡ ਕਨੈਕਟਡ ਆਲ ਦਾ ਟਾਈਮ ਸਪਿਰਿਚੁਅਲੀ। ਜਿਹੜਾ ਰੂਹ ਦਾ ਰਿਸ਼ਤਾ ਸਾਡਾ ਰੱਬ ਨਾਲ ਹੈ, ਉਹਦਾ ਸਾਡਾ ਤਨ ਔਰ ਮਨ, ਤਨ ਸਾਡਾ ਆਊਟਵਰਡਲੀ ਹੈ, ਮਨ ਔਰ ਸੋਲ ਇਹ ਆਪਸ ਵਿੱਚ, ਰੂਹ ਅਤੇ ਮਨ ਦਾ ਬੜਾ ਹੀ ਇੰਟਰਸਟਿੰਗ ਆਪਸ ਵਿੱਚ ਰੂਹਾਨੀ ਤਾਲਮੇਲ ਹੈ, ਜਿਸ ਦੇ ਨਾਲ ਰੂਹ ਇਜ਼ ਕਨੈਕਟਡ ਟੂ ਦਾ ਆਲਮਾਈਟੀ ਐਂਡ ਮਨ ਇਜ਼ ਡੂਇੰਗ ਥਿੰਗਸ ਇਨ ਕਨੈਕਸ਼ਨ ਵਿਦ, ਇਨ ਐਸੋਸੀ ਕੌਨਸੋਨੈਂਸ ਵਿਦ ਤਨ। ਹੁਣ ਮਨ ਔਰ ਸੋਲ ਦਾ ਇੱਕ ਬਹੁਤ ਪਿਆਰਾ ਕੋਰਲੇਸ਼ਨ ਹੈ, ਜਿਸ ਦੀ ਰੂਹਾਨੀਅਤ ਜਿਹੜੀ ਅਸੀਂ ਤਨ ਨੇ ਔਰ ਮਨ ਨੇ ਸਪਿਰਿਚੁਅਲ ਗਾਈਡੈਂਸ ਲੈ ਕੇ ਆਪਣੇ ਮਨ ਨੂੰ ਸਰਸ਼ਾਰ ਕਰਨਾ, ਔਰ ਸਾਰਾ ਜਿਹੜਾ ਡੇਟਾ ਬੇਸ ਹੈ ਉਹਦਾ, ਉਹ ਸੋਲ ਨੇ ਪ੍ਰੋਵਾਈਡ ਕਰਨਾ, ਅਸੀਂ ਆਪਣਾ ਅੱਗਾ ਸਵਾਰਦੇ ਹਾਂ। ਕਿਆ ਬਾਤ ਹੈ,
क्या बात है। असी भी इस प्रोग्राम के जरिए अपने दर्शकों नू अपने व्यूअर्स नू यही दर्शाने की कोशिश करते हैं। जिहड़ी ऊंगियां शख्सियतां साडे नाल पहुँचदियां हन वह भी यही दर्शाने की कोशिश करती है कि आखिरकार किवें तुसी गुरु ग्रंथ साहिब जी की टीचिंग्स प्रीचिंग्स नू उन्हां दी गुरबाणी नू उन्हां दे विचारां नू अपनी जिंदगी दे विच इंप्लीमेंट कर सकते हो ताकि तुहाडा भी जिहड़ा भविख है वह सुनहरा हो सके, क्योंकि आग्ञा पही अकाल की तभे चलायो पंथ सब सिखण को हुक्म है गुरु मान्यो ग्रंथ। गुरु ग्रंथ साहिब जी सानू की सिखाउंदे ने, मेरा हमेशा सवाल रहिंदा उन्हां फिलोसफर्स तो वह भी जानने की कोशिश करते हैं। तो डॉक्टर साहब, आई वुड लाइक टू नो, गुरु ग्रंथ साहिब जी आ होली बुक विच इज़ आर माइंड, जिहड़ा साडा माइंड भी है, साडा हर्ट भी है और साडी जान भी है, साडा सब कुछ है। श्री गुरु ग्रंथ साहिब साडा वो निदान है, खजाना है जी, जिहड़ा सानू जिस तरह से गल कर रहे सीगे, साडे मन सारा गुरु ग्रंथ साहिब दा टारगेट इज़ ऑन मन जी। हे मन, रे मन, मन रे जी, मन नूं समझाउंदे समझाउंदे असीं मन नूं उच्चा कर लैंदे आ, सचियार हो जांदे आ जी, और अंजन माहे निरंजन हो जांदे आ जी। और ये जिहड़ा मन दा रिश्ता, जदों असीं मन नूं असीं तो जन्म जन्म किस मन को मल लागी काला हुआ स्या, जिन्हां जन्मां तो हो के सानूं एक कपड़ा मिलिया करमी आवे कपड़ा, पर उस तो नैक्सट स्टेज पर पहुँचने वास्ते कि नदरी मोख द्वार भी हो जाए, साडों जिहड़ा आ डिस्टेंस है मन दा तन दी एसोसिएशन दे नाल, जिहड़ा असी श्री गुरु ग्रंथ साहिब दी सेध विच जी, जिहड़े असी सुचजी सोच सुचजी साडे थॉट प्रोसैस जिहड़ा मन तो उपजदा ओ गाइडेंस होए फ्रॉम गुरु ग्रंथ साहिब जी, विद ए ब्लिसफुल इंपैक्ट ऑफ श्री गुरु ग्रंथ साहिब एंड गुरबाणी, निम्रता, हम्बलनेस, लव एंड करेज, यह सब कुछ ही निकलिया होया गुरु ग्रंथ साहिब जी तो, यही सानू जिंदगी दे विच इंप्लीमेंट करन दी मैनू लगता है लोड़ है। असी बहुत कुछ सीख सकते हैं, इन्ना भरपूर खजाना है साडे गुरु ग्रंथ साहिब जी दे विच, और उही मैनू लगातार साडी जिहड़ी शख्सियतां साडे नाल आंदियां हन वो यही दसदे हुए सानू नज़र आंदे ने कि तुसी प्यार, निम्रता, हम्बलनेस, काइंडनेस, सिंपथी, इमोशनल, ए सारी डेफिनेशनस और सारे जिहड़े वर्ड ने गुरु ग्रंथ साहिब जी तो निकलते ने, सिर्फ लोड़ हैगी है तेनों अपनी निजी जिंदगी दे विच इंप्लीमेंट करन दी। डॉक्टर साहब, मैं यह भी जरूर पूछदा अपने हर उस गैस्ट तो जो कि साढ़े नाल आते हैं इस प्रोग्राम दे विच, कौन है असली सिख और की है सिख की पहचान? सिख वास्ते जिहड़ा विधान है जी, जिहड़ा गाइडिंग सोल है, गाइडिंग स्पिरिट है, गाइडिंग प्रिंसीपल है, श्री गुरु ग्रंथ साहिब जी महाराज ने, जो सानू जीवन जाच श्री गुरु ग्रंथ साहिब जी विचों मिलती है, जिहड़ा मन करके कोई भी प्राणी उसनू फॉलो करता है, वी पहले रीड गुरबाणी, वी अंडरस्टैंड गुरबाणी, वी एसिमिलेट गुरबाणी, एंड दैन वी लिव गुरबाणी, भी तुसी यू आर कमिंग आउट ऑफ सो मैनी मिलियनस ऑफ लाइफ साइकल्स, जीण मरण के जिहड़े तुहाडे चक्कर ने, इहदे चों बाहर आके तुहानू यू हैव गॉट दिस चांस, यह तेरी बरी आ श्री गुरु ग्रंथ साहिब की जाग लाई जाए जी। जे असी कहांगे तुसी पढ़ना है करना है, उन्हूं उहदा अंदरों मन होए, वो मन तां होएगा जे जदों गुरबाणी वो पढ़े तो उन्हूं अंडरसटैंड जे हो रही है तो उहदे अंदरों झरना, जदों एक बारी जिवें नलका गेड़ के थलों पानी कढ़ी दे, पहले पानी उत्तों दी पाउंदे फिर पानी थलों निकलदा। असीं अपनी प्रैक्टिकल लाइफ दे विच वी इहनूं इंप्लीमेंट कर सकदे हां, यानी कि ऑफ कोर्स जी, जे जे जो सानूं गुरबाणी सिखाउंदी है जिस तरीके नाल तुसीं सानूं दस्सिया, ते अगर सानूं गुस्सा आउंदा है किसे टाइम ते असीं एकदम रिएक्ट कर जांदे हां, सानूं किसे कोई गल सानूं बहुत भैड़ी लगदी है असीं रिएक्ट कर दिंदे हां, ते इहनूं किवें रोक सकदे हां असीं, उस टाइम साडे मन नूं की सोचना चाहीदा? जदों गुरबाणी दे नाल असी जुड़दे हाँ जी, तां सहज सुभाए, मतलब इस तरह का कोई शब्द नहीं है जिहड़ा एक क्रोध वास्ते है, एक काम वास्ते है, लोभ वास्ते है, तां गुरबाणी दा साडे समुचते समुचा असर, समुचा उहदा जिहड़ा इंपैक्ट है, दैट ब्लिसफुल कनैक्शन डज द मैजिक,
ਔਰ ਜਿਹੜਾ ਸੁਭਾਅ ਵਿੱਚ ਸਹਿਜ ਸੁਭਾਅ ਜੀ, ਜਿਹੜਾ ਦੇਰ ਇਜ਼ ਨੋ ਵਨ ਫਾਈਨ ਡੇ ਵੀ ਇੰਨੇ ਦਿਨ ਦਾ ਤਪ ਹੋ ਗਿਆ, ਜਪ ਹੋ ਗਿਆ ਅਤੇ ਹੁਣ ਹੋ ਗਿਆ, ਕਿ ਇਹ ਜਿਹੜਾ ਸਹਿਜ ਸੁਭਾਅ ਆਨੰਦ ਪਿਆ ਮੇਰੀ ਮਾਏ ਜੀ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਇਹ ਸਹਿਜ ਦੀ ਗੱਲ ਹੈ ਕਿ ਸਡਨਲੀ ਵੀ ਫੀਲ ਕਿ ਇਹ ਬੱਚਾ ਹੁਣ ਉਸ ਤਰ੍ਹਾਂ ਰੋਲਾ ਨਹੀਂ ਪਾਉਂਦਾ, ਹੀ ਇਜ਼ ਨੋ ਮੋਰ ਦੈਟ ਨੋਟੀ ਜੀ, ਇਹ ਹੁਣ ਹੀ ਇਜ਼ ਨੋਟ ਆਸਕਿੰਗ ਫੋਰ ਮੈਨੀ ਥਿੰਗਸ ਜੀ, ਤੋ ਹੀ ਇਜ਼ ਨੋਟ ਹੈਵਿੰਗ ਕੰਪਲੇਂਟਸ ਜੀ, ਤੋ ਇਹ ਸਾਰਾ ਦਿਸ ਹੈਪਨਸ ਇਨ ਏ ਪੋਜ਼ਿਟਿਵ ਵੇ ਇਨ ਦਾ ਰਾਈਟ ਡਾਇਰੈਕਸ਼ਨ ਐਂਡ ਵੈਰੀ ਨੈਚੁਰਲੀ ਐਂਡ ਸਲੋਲੀ ਐਫਰਟਲੈਸਲੀ, ਸੋ ਦਿਸ ਇਜ਼ ਦਾ ਸਹਿਜ ਮੈਜਿਕ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ। ਵੈਰੀ ਨਾਈਸ, ਮਾਈ ਗੂਸ ਬੰਪਸ ਆਰ ਅਪ ਰਾਈਟ ਨਾਓ, ਯੂ ਕੈਨ ਸੀ। ਵਾਕਈ ਦਿਸ ਇਜ਼ ਵਨ ਆਫ ਦੀ ਪ੍ਰੈਕਟੀਕਲ ਥਿੰਗ, ਇਫ ਅ ਪਰਸਨ ਔਰ ਇੰਡੀਵਿਜੁਅਲ ਕੈਨ ਇੰਪਲੀਮੈਂਟ ਇਨ ਹਿਜ਼ ਔਰ ਹਰ ਲਾਈਫ, ਜੇਕਰ ਉਹ ਇੰਪਲੀਮੈਂਟ ਕਰ ਸਕਦੇ ਨੇ ਅਜਿਹੀਆਂ ਗੱਲਾਂ ਨੂੰ, ਤਾਂ ਮੈਨੂੰ ਲੱਗਦਾ ਕਿ ਦੇ ਕੈਨ ਚੇਂਜ ਦੇਅਰ ਲਾਈਫ, ਬਿਕੋਜ਼ ਦਾ ਪੈਥ ਦੀ ਦਰਵਾਜ਼ਾ ਜਿਹੜਾ ਹੈਗਾ ਸਿਰਫ ਉਹ ਇੱਕ ਹੀ ਦਰਵਾਜ਼ਾ ਹੈ ਜਿਹਦੀ ਚਾਬੀ ਤੁਹਾਡੇ ਕੋਲ ਹੈਗੀ ਹੈ, ਲੇਕਿਨ ਖੋਲ੍ਹਣਾ ਸਿਰਫ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਕਮਰਾ ਹੈਗਾ। ਔਰ ਸਭ ਤੋਂ ਵੱਡੀ ਗੱਲ ਡਾਕਟਰ ਸਾਹਿਬ ਦੀ ਜਿਹੜੀ ਹੈਗੀ ਹੈ, ਹੀ ਰੋਟ ਅ ਬੁੱਕ ਕਰ ਦਾ ਵਿਧਾਨ, ਉਹ ਆਸਾ ਮਹੱਲਾ ਪਹਿਲਾ ਘਰ ਪਹਿਲਾ, ਇਸ ਨੂੰ ਲੈ ਕੇ ਇਹਨਾਂ ਨੇ ਐਲੋਬਰੇਟ ਕੀਤਾ ਹੈ, ਵਿਸਥਾਰ ਦੇ ਵਿੱਚ ਪੂਰੀ ਗੱਲ ਲਿਖੀ ਹੈ ਕਿ ਆਖਿਰਕਾਰ ਇਹਦਾ ਵੀ ਅਰਥ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀ ਹੈਗਾ, ਉਹਨੂੰ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ, ਉਹਦੇ ਵੀ ਜਿਹੜੇ ਸਵਾਲ ਬਣੇ ਹੋਏ ਨੇ, ਸਵਾਲ ਤਾਂ ਮੈਂ ਖੈਰ ਨਹੀਂ ਕਹਿ ਸਕਦਾ, ਲੇਕਿਨ ਉਹ ਆਖਿਰ ਜੋ ਜਾਣਕਾਰੀ ਹੈ, ਕਈਆਂ ਦੇ ਮਨ ਦੇ ਵਿੱਚ ਸਵਾਲ ਹੁੰਦੇ ਨੇ ਕਿ ਇਹ ਆਖਿਰਕਾਰ ਹੈ ਕੀ ਹਨ, ਅਤੇ ਉਹਨਾਂ ਸਵਾਲਾਂ ਦਾ ਜਵਾਬ ਅੱਜ ਅਸੀਂ ਲੈਣ ਦੀ ਕੋਸ਼ਿਸ਼ ਕਰਾਂਗੇ ਇਸ ਨਿੱਕੇ ਜਿਹੇ ਵਕਫੇ ਤੋਂ ਬਾਅਦ। ਅਤੇ ਇਸ ਨਿੱਕੇ ਜਿਹੇ ਵਕਫੇ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ ਵਾਪਸ ਸਵਾਗਤ ਕਰਦੇ ਹਾਂ ਜੀ। ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਚਰਨ ਕਮਲ ਸਿੰਘ ਜੀ, ਜੋ ਕਿ ਅਸੀਂ ਅੱਜ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਤੋਂ ਉਹ ਰੂਹਾਨੀ ਗੱਲਾਂ ਕਰਨ ਦੀ ਔਰ ਉਹ ਗੱਲਾਂ ਪੁੱਛਣ ਦੀ ਜੋ ਕਿ ਤੁਹਾਡੇ ਲਈ ਵੀ ਔਰ ਸਾਡੇ ਲਈ ਵੀ ਜਾਣੀਆਂ ਬੇਹੱਦ ਜ਼ਰੂਰੀ ਹਨ। ਇੱਕ ਮੈਂ ਗੱਲ ਕੀਤੀ ਸੀਗੀ ਬ੍ਰੇਕ ਤੋਂ ਜਾਣ ਤੋਂ ਪਹਿਲਾਂ, ਫੋਰ ਇਗਜ਼ਾਮਪਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਔਰ ਅਸੀਂ ਗੁਰਬਾਣੀ ਦੇ ਵਿੱਚ ਪਾਠ ਦੇ ਵਿੱਚ ਅਸੀਂ ਉਚਾਰਨ ਕਰਦੇ ਹਾਂ ਆਸਾ ਮਹਿਲਾ ਘਰ ਪਹਿਲਾਂ, ਅਤੇ ਆਖਿਰਕਾਰ ਇਹ ਘਰ ਕੀ ਹੈ, ਵਟ ਇਜ਼ ਘਰ, ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਡਾਕਟਰ ਸਾਹਿਬ ਤੋਂ। ਡਾਕਟਰ ਸਾਹਿਬ, ਅਗਰ ਅਸੀਂ ਘਰ ਦੀ ਗੱਲ ਕਰੀਏ ਜੀ, ਘਰ ਕੀ ਸਿਖਾਉਂਦਾ ਸਾਨੂੰ, ਬਾਬਾ ਜੀ ਨੇ ਜਾਂ ਸਾਡੇ ਗੁਰੂ ਸਾਹਿਬਾਨ ਨੇ ਘਰ ਨੂੰ ਕਿਸ ਤਰੀਕੇ ਨਾਲ ਐਲੋਬਰੇਟ ਕੀਤਾ? ਘਰ ਦਾ ਵਿਧਾਨ ਇਹ ਗੁਰੂ ਸਾਹਿਬ ਨੇ ਇਹ ਸੇਵਾ ਲਈ ਹੈ। ਪਿਛਲੇ ਕਰੀਬ 20 ਸਾਲਾਂ ਤੋਂ ਮੈਂ ਇਸ ਪ੍ਰਥਾ ਇਹ ਸੋਚ ਰਿਹਾ ਸੀ, ਕਿਉਂਕਿ ਬਚਪਨ ਤੋਂ ਹੀ ਕੀਰਤਨ ਕਰਨ ਦੀ ਗੁੜਤੀ ਮਾਪਿਆਂ ਵੱਲੋਂ ਸੰਗਤ ਦੀ ਅਸੀਸ ਨਾਲ ਪ੍ਰਾਪਤ ਹੋਈ, ਤਾਂ ਕੀਰਤਨ ਕਰਦਿਆਂ ਮਹਿਸੂਸ ਹੋਣਾ ਕਿ ਕੀਰਤਨ ਅਸੀਂ ਸ਼ੁਰੂ ਕਰਦੇ ਹਾਂ ਰਹਾਉ ਦੇ ਪਦੇ ਤੋਂ, ਬਟ ਰਹਾਉ ਦਾ ਪਦਾ ਕਦੇ ਵੀ ਪਹਿਲਾ ਪਦਾ ਨਹੀਂ ਹੁੰਦਾ। ਵੀ ਹੈਵ ਟੂ ਫਾਈਂਡ ਕਿ ਰਹਾਉ ਦਾ ਕਿੱਥੇ ਹੈ ਅਤੇ ਉੱਥੋਂ ਸ਼ੁਰੂ ਕਰੀਏ। ਆਈ ਵਾਜ਼ ਜਸਟ ਵੰਡਰਿੰਗ ਵੀ ਇਹ ਇਸ ਤਰ੍ਹਾਂ ਕਿਉਂ ਹੈ ਕਿ ਪਹਿਲਾਂ ਕਿਉਂ ਨਹੀਂ ਹੈ, ਅਤੇ ਫਿਰ ਸਡਨਲੀ ਵੀ ਫਾਊਂਡ ਕਿ ਕੋਈ ਸ਼ਬਦ ਹੈ ਚ ਰਹਾਉ ਦਾ ਪਦਾ ਹੈ ਹੀ ਨਹੀਂ, ਅਤੇ ਹੁਣ ਇੱਥੋਂ ਕਿਤੇ ਸ਼ੁਰੂ ਕਰੀਏ। ਦੈਨ ਵੀ ਫਾਊਂਡ ਕਿ ਦੇਰ ਆ ਦੋ ਰਹਾਉ ਦੇ ਪਦੇ ਨੇ, ਫਿਰ ਤਿੰਨ ਰਹਾਉ ਦੇ ਪਦੇ ਨੇ, ਚਾਰ ਰਹਾਉ ਦੇ ਪਦੇ ਨੇ, ਦੈਨ ਵੀ ਆਲਸੋ ਫਾਊਂਡ 6 ਰਹਾਉ ਦੇ ਪਦੇ ਨੇ। ਓਕੇ, ਤੋ ਵੀ ਫਾਊਂਡ ਕਿ ਇਹ ਹੁਣ ਕਿੱਥੋਂ ਸ਼ੁਰੂ ਕਰੀਏ। ਤੋ ਦੈਟ ਵਾਜ਼ ਵਨ ਥਿੰਗ। ਫਿਰ ਜਦੋਂ ਸਹਿਜ ਪਾਠ ਕਰਨਾ, ਅਤੇ ਤੁੱਕਾਂ 'ਚ ਪਹਿਲੀ ਤੁੱਕ ਦਾ ਜਿਹੜਾ ਪਾਰਟ ਆਫ ਦਾ ਤੁੱਕ ਜੀ ਗੋਟ ਕਨੈਕਟਡ ਵਿਦ ਦਾ ਥਰਡ ਪਾਰਟ ਜੀ, ਸੈਕਿੰਡ ਇਜ਼ ਗੈਟਿੰਗ ਕਨੈਕਟਡ ਵਿਦ ਦਾ ਫੋਰਥ ਪਾਰਟ, ਵੀ ਇਸ ਤਰ੍ਹਾਂ ਇਹ ਇਹ ਕਿਉਂ ਇਹ ਗਰੁੱਪ ਬਣੇ ਹੋਏ ਹੈ, ਤਾਂ ਦੈਟ ਵਾਜ਼ ਅ ਕੁਐਸਚਨਸ। ਫਿਰ ਜਦੋਂ ਸਹਿਜ ਪਾਠ ਕਰਦੇ ਹਾਂ, ਜਦੋਂ ਵੀ ਘਰ ਸਾਹਮਣੇ ਆਉਂਦਾ ਸੀ ਜੀ, ਤਾਂ ਲੱਗਦਾ ਸੀ ਵੀ ਇਹ ਆਹ ਕੀ ਹੈ, ਇਹ ਘਰ ਇੱਕ ਦੇ ਸਾਰੇ ਸਟੱਡੀ ਕਰ ਰਹੇ ਹਾਂ ਜੀ, ਉਹਨਾਂ 'ਚ ਆਪਸ 'ਚ ਕੀ ਸਿਮਿਲੈਰਿਟੀ ਹੈ ਜੀ, ਫਿਰ ਘਰ ਦੋ ਦੇ ਇਹਨਾਂ 'ਚ ਕੀ ਸਿਮਿਲੈਰਿਟੀ ਹੈ, ਅਤੇ ਜਿਹੜਾ ਪਹਿਲਾਂ ਦੇਖਿਆ ਸੀਗਾ ਅਤੇ ਇਹਦੇ ਨਾਲ ਡਿਫਰੈਂਸ ਕੀ ਹੈ ਜੀ। ਇਹ ਲੰਮੇਰਾ ਸਮਾਂ ਇਸ ਕਰਕੇ ਲੱਗਿਆ ਕਿਉਂਕਿ ਰੋਜ਼ ਅੰਮ੍ਰਿਤ ਵੇਲੇ ਰਾਤੀ ਉੱਠ ਜਾਣਾ ਕਰਨਾ ਅਤੇ ਦੇਖ ਹੀ ਜਾਣਾ ਕਿਸ ਤਰ੍ਹਾਂ ਹੈਗਾ। ਤੋ ਇਟ ਟੁੱਕ ਮੀ ਲੋਟਸ ਆਫ ਯਾਨੀ ਬਲਾਇੰਡ ਐਂਡਸ, ਇਹ ਤਾਂ ਨਹੀਂ ਇਹਦਾ ਆਹ ਮਤਲਬ, ਜਦੋਂ ਲੱਗਣਾ ਕਿ ਸਮਝ ਆ ਰਹੀ ਹੈ, ਫਿਰ ਲੱਗਣਾ ਇਹ ਤਾਂ ਨਹੀਂ, ਕ੍ਰੈਸ਼ ਹੋ ਰਿਹਾ, ਫਿਰ ਕਮਿੰਗ ਬੈਕ ਟੂ ਸਕੇਅਰ ਵਨ, ਫਿਰ ਸ਼ੁਰੂ ਹੋਣਾ। ਅਸੀਂ ਫੁੱਲ ਸਟਾਪ ਪਾਉਂਦੇ ਹਾਂ ਪੰਜਾਬੀ 'ਚ, ਅਸੀਂ ਫੁੱਲ ਸਟਾਪ ਇੱਕ ਡੰਡੀ ਪਾ ਕੇ ਪਾਉਂਦੇ ਹਾਂ, ਪਰ ਗੁਰੂ ਸਾਹਿਬ ਨੇ ਦੋ ਡੰਡੀਆਂ ਪਾਈਆਂ ਜੀ, ਉਹਦੀ ਐਕਸਟਰਾ ਜੀ ਸੰਭਾਲ ਹੈ, ਦੋ ਡੰਡੀਆਂ ਤੱਕ ਇੱਕ ਤੁੱਕ ਹੈ ਜੀ।
ਜਿੰਨੀਆਂ ਤੁਕਾਂ ਤੋਂ ਬਾਅਦ ਇੱਕ ਪਦਾ ਹੈ, ਪਦੇ ਤੋਂ ਬਾਅਦ ਹਿੰਸਾ ਲਾਇਆ ਜੀ। ਇਹ ਹਿੰਸਾ ਲਾ ਕੇ ਉਹਨਾਂ ਨੇ ਟੋਟਲ ਹਿੰਸੇ ਲਾਏ ਨੇ ਜੀ। ਫਿਰ ਸ਼ਬਦ ਦੇ ਵਿੱਚ ਬਾਕੀ ਸ਼ਬਦ ਇਕੱਠਾ ਚੱਲ ਰਿਹਾ, ਬਟ ਇੱਕ ਜਿਹੜਾ ਰਿਹਾ ਉਹਦਾ ਪਦਾ ਉਸ ਗਿਣਤੀ ਵਿੱਚ ਨਹੀਂ ਹੈ, ਉਸ ਤੋਂ ਬਾਹਰ ਹੈ, ਉਸ ਗਿਣਤੀ ਤੋਂ ਰਿਹਾ ਹੋਇਆ ਜੀ। ਤੇ ਇਸ ਤਰ੍ਹਾਂ ਉਹ ਸਾਰੇ ਫਿਰ ਕਿੰਨੇ ਸ਼ਬਦ ਨੇ, ਕਿੰਨਵਾਂ ਸ਼ਬਦ ਹੈ, ਸਾਰਾ ਕੁਛ ਨੰਬਰ ਕਰਦਾ। ਦਿਸ ਵਾਸ ਇਹ ਕੀ ਸੀਗਾ ਕਿ ਗੁਰਬਾਣੀ ਨੂੰ ਲਿਖਤ ਰੂਪ ਵਿੱਚ ਕਿਸ ਤਰ੍ਹਾਂ ਸੰਭਾਲਿਆ ਜਾਵੇ। ਇਹ ਲਿਖਤ ਰੂਪ ਦੀ ਸੰਭਾਲ ਹੋ ਗਈ ਤਾਂ ਕਿ ਕੋਈ ਰੱਲਾ ਨਹੀਂ ਹੋ ਸਕਦਾ, ਨਥਿੰਗ ਕੈਨ ਬੀ ਐਡਿਡ, ਨਥਿੰਗ ਕੈਨ ਬੀ ਡਿਲੀਟਿਡ। ਗੁਰੂ ਸਾਹਿਬਾਨਾ, ਇਟਸ ਅ ਵੈਰੀ ਲੇਮੈਨ ਕੁਸ਼ਚਨ ਆਮ ਆਸਕਿੰਗ ਯੂ, ਗੁਰੂ ਸਾਹਿਬਾਨਾ ਦੇ ਵਿੱਚ ਕੀ ਜ਼ਹਿਨ ਦੇ ਵਿੱਚ ਆਉਂਦਾ ਸੀਗਾ ਜਿਵੇਂ ਉਹਨਾਂ ਨੇ ਰਹਾਓ ਔਰ ਅਜਿਹੇ ਜਿਹੜੇ ਵਰਡਸ ਨੇ, ਸ਼ਬਦਾਵਲੀ ਹੈ, ਉਹਨਾਂ ਦੀ ਵਰਤੋਂ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ? ਠੀਕ ਕੀ ਉਹਨਾਂ ਦੇ ਜ਼ਹਿਨ ਦੇ ਵਿੱਚ ਚੱਲਦਾ ਸੀਗਾ, ਜਾਂ ਫਿਰ ਉਹ ਜੋ ਸ਼ੁਰੂ ਤੋਂ ਗੁਰੂ ਨਾਨਕ ਦੇਵ ਜੀ ਤੋਂ ਲੈਂਦੇ ਹੋਏ ਗੁਰੂ ਗੋਬਿੰਦ ਸਿੰਘ ਦੇ ਚੱਲਦੀ ਆਈ ਤਾਂ ਉਸੇ ਨੂੰ ਅੱਗੇ ਵਧਾਇਆ, ਇਹ ਕਿਸ ਤਰੀਕੇ ਨਾਲ ਖੋਜ ਤੁਹਾਨੂੰ ਲੱਗਦਾ ਹੋਈ ਹੋਏਗੀ? ਜਦੋਂ ਆਦਿ ਗ੍ਰੰਥ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਪੰਚਮ ਪਾਤਸ਼ਾਹ ਨੇ ਬਾਣੀ ਕੇ ਬੋਹਿਤ ਜੀ, ਉਹਨਾਂ ਨੇ ਜਦੋਂ ਐਡਿਟ ਕਰਕੇ ਇਸ ਨੂੰ ਆਦਿ ਗ੍ਰੰਥ ਦੀ ਸ਼ੇਪ ਦਿੱਤੀ, ਉਹਦੇ 'ਚ ਨੰਬਰਿੰਗ ਆਈ ਜੀ। ਇਹ ਸਾਰਾ ਕੁਛ ਤਰਤੀਬ 'ਚ ਆਇਆ ਜੀ। ਤਰਤੀਬ 'ਚ ਨੰਬਰਿੰਗ ਕਰਨ ਦਾ ਮੁੱਖ ਮੰਤਵ ਇਹ ਹੁੰਦਾ ਕਿ ਇਹਦੇ 'ਚ ਆਹ ਜਿਹੜੀ ਨੰਬਰ, ਇਸ ਸ਼ਬਦ ਤੋਂ ਬਾਅਦ ਨੰਬਰ ਬਦਲ ਜਾਣਾ, ਉਸ ਸ਼ਬਦ ਦੇ ਕਿੰਨੇ ਪਦੇ ਨੇ ਉਹ ਨੰਬਰਡ ਨੇ ਜੀ। ਇੱਕ ਤੁਕਾ, ਦੋ ਤੁਕਾ, ਤਿੰਨ ਤੁਕਾ, ਚਾਰ ਤੁਕਾ ਲਿਖਿਆ, ਇਹ ਅਸ਼ਟਪਦੀ, ਦੁਪਦਾ, ਤਿਪਦਾ ਲਿਖਿਆ ਵੀ ਕਿੰਨੇ ਪਦੇ ਨੇ, ਸਾਰਾ ਕੁਛ ਨਾ। ਉਹਦੇ ਨਾਲ ਕੀ ਹੈ ਕਿ ਉੱਪਰ ਟਾਈਟਲ ਹੈ, ਨੀਚੇ ਪਦੇ ਨੇ, ਫਿਰ ਨੰਬਰ ਵੱਧ ਗਿਆ, ਫਿਰ ਅਗਲਾ ਨੰਬਰ ਆਇਆ। ਦੈਟ ਮੀਨਸ ਐਵਰੀਥਿੰਗ ਇਜ਼ ਪਲੇਸਡ ਇਨ ਇਟਸ ਓਨ ਪਲੇਸ, ਤਾਂ ਕਿ ਇਹਦੇ 'ਚ ਕੁਛ ਨਿਕਲ ਨਾ ਸਕੇ, ਕੁਛ ਐਡ ਨਾ ਹੋ ਜਾਏ। ਅਤੇ ਹੁਣ ਘਰ ਕੀ ਹੈ, ਘਰ ਉਹਦਾ ਵੋਕਲ ਰੂਪ, ਜਿਹੜਾ ਪਾਠ ਰੂਪ ਹੈ, ਤਾਂ ਕਿ ਜਦੋਂ ਅਸੀਂ ਪਾਠ ਕਰੀਏ, ਸ਼ਬਦ ਤਾਂ ਲਿਖਿਆ ਹੋਇਆ ਲਿਖਤ ਰੂਪ 'ਚ, ਤੁਹਾਡੇ ਕੋਲ ਵੀ ਸ਼ਬਦ ਪਿਆ, ਮੇਰੇ ਕੋਲ ਪਿਆ, ਤੁਸੀਂ ਇਹਨੂੰ ਕਿਸ ਤਰ੍ਹਾਂ ਪੜ੍ਹੋਗੇ ਪਾਠ ਵਿੱਚ, ਮੈਂ ਕਿਸ ਤਰ੍ਹਾਂ ਪੜ੍ਹਾਂਗਾ, ਇਹਦਾ ਅੰਕੁਸ਼ ਘਰ ਹੈ। ਓਕੇ, ਇਹੀ ਜ਼ਹਿਨ 'ਚ ਨਹੀਂ ਆ ਰਿਹਾ ਸੀਗਾ ਹੁਣ ਤੱਕ ਦੇ ਕਿਆਸ, ਇਹ ਲੱਗਦੇ ਰਹੇ ਇਹ ਕੋਈ ਤਾਲ ਹੈ। ਤਾਲ ਦੇ ਕਿਆਸ ਲੱਗਣ ਦਾ ਮੁੱਖ ਕਾਰਨ ਸੀ ਹਿੰਸਾ, ਤੀਜਾ, ਚੌਥਾ, ਪੰਜਵਾਂ। ਉਹਦੇ 'ਚ ਕੀ ਹੈ ਕਿ ਜਿਹੜੇ ਤਾਲ ਨੇ ਇਹਨਾਂ ਦੀ ਮਾਤਰਾਵਾਂ ਆਉਂਦੀਆਂ, 3 ਮਾਤਰਾ, 7 ਮਾਤਰਾ, 12 ਮਾਤਰਾ, 10 ਮਾਤਰਾ, 16 ਮਾਤਰਾ। ਹੁਣ ਉਹ ਜਿਹੜੀਆਂ ਮਾਤਰਾਵਾਂ ਨੇ ਉੱਥੋਂ, ਕਈਆਂ ਦੇ ਤਾਲਾਂ ਦੇ ਨਾਮ ਹੀ ਹਿੰਸਿਆਂ ਵਾਲੇ ਨੇ, ਏਕ ਤਾਲ, 3 ਤਾਲ, ਅਤੇ ਇਸ ਕਰਕੇ ਉਹਦਾ ਮਤਲਬ ਸੁਭਾਵਕ ਸੀ ਕਿ ਉਸ ਪਾਸੇ ਵੱਲ ਧਿਆਨ ਚਲਾ ਗਿਆ। ਅਤੇ ਕੁਛ ਜਿਹੜਾ ਜਿਨ੍ਹਾਂ ਦਾ ਐਕਚੁਅਲੀ ਮਸਲਾ ਸੀਗਾ ਪਾਠ ਕਰਨ ਦਾ ਮਸਲਾ, ਅਤੇ ਗ੍ਰੰਥੀ ਸਿੰਘਾਂ ਦਾ, ਲਿਟਰੇਰੀ ਰਿਸਖੋਜੀਆਂ ਦਾ ਵਿਸ਼ਾ, ਬਟ ਉਹ ਜਦੋਂ ਇੱਕ ਵਾਰੀ ਹਿੱਲ ਗਿਆ, ਕਿਸੇ ਨੇ ਕਹਿ ਤਾ ਵੀ ਉਹਨਾਂ ਦਾ, ਅਤੇ ਬਾਕੀ ਸ਼ਾਇਦ ਲੱਗਿਆ ਨਹੀਂ, ਉਹਦੇ 'ਤੇ ਧਿਆਨ ਨਹੀਂ ਗਿਆ, ਅਤੇ ਉਹਨਾਂ ਦਾ ਕਰਨ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ, ਉਹਨਾਂ ਦਾ ਇਹ ਮਸਲਾ, ਇਹ ਵਿਸ਼ਾ ਕਦੀ ਵੀ ਨਹੀਂ ਸੀਗਾ ਜੀ। ਇਟ ਵਾਜ਼ ਨੈਵਰ ਏ ਤਾਲ, ਇਟ ਵਾਜ਼ ਨੈਵਰ ਏ ਰਾਗ। ਜਿਹੜੀ ਮੈਂ ਕਿਤਾਬ ਇਸ ਦੀ ਸਾਰੀ ਖੋਜ ਦੀ, ਘਰ ਦਾ ਵਿਧਾਨ, ਉਹ ਇਸੇ ਮਹੀਨੇ 'ਚ ਸੰਗਤਾਂ ਦੇ ਰੂਬਰੂ ਹੋ ਜਾਏਗਾ, ਅਤੇ ਉਸ ਤੋਂ ਬਾਅਦ ਉਹਦੇ ਵਿੱਚ 430 ਪੰਨੇ ਨੇ, ਅਤੇ ਸਾਰੇ ਤਰ੍ਹਾਂ ਦੇ ਐਸਪੈਕਟਸ ਇਹਦੇ ਨਾਲ ਜਿਹੜੇ ਰਿਲੇਟਡ ਨੇ ਉਹਦੇ 'ਚ ਹੈਗੇ। ਇੱਕ ਤੁਸੀਂ ਰਹਾਓ ਦੀ ਗੱਲ ਕੀਤੀ ਸੀ, ਉਹ ਬੜਾ ਅਹਿਮ ਹੈ ਜੀ। ਰਹਾਓ ਦਾ ਕੰਸੈਪਟ ਵੀ ਘਰ ਦੇ ਨਾਲ ਹੀ ਕਲੀਅਰ ਹੋ ਰਿਹਾ, ਜੋ ਰਹਾਓ ਦਾ ਪਦਾ ਅਸੀਂ ਹੁਣ ਸਮਝਦੇ ਹਾਂ ਉਹ ਰਹਾਓ ਦਾ ਪਦੇ ਦਾ ਮਤਲਬ ਨਹੀਂ ਹੈ। ਇਸ ਵੇਲੇ ਜਿਹੜੀ ਧਾਰਨਾ ਇਸ ਬਾਰੇ ਹੈ, ਉਹ ਜਿਹੜਾ ਕੰਸੈਪਟ ਬਣਿਆ ਹੋਇਆ ਉਹ ਇਹ ਹੈ ਕਿ ਰਹਾਓ ਇੱਕ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ, ਜਿਹੜਾ ਕੇਂਦਰੀ ਭਾਵ ਜੀ। ਇਸ ਕੇਂਦਰੀ ਭਾਵ ਵਾਲਾ ਕੰਸੈਪਟ ਜਿਹੜਾ, ਇਹਨੂੰ ਇੱਕ ਤਾਂ ਇਸ ਕਰਕੇ ਪ੍ਰੋਬਲਮ ਆਉਂਦੀ ਇਸ ਕੰਸੈਪਟ ਨੂੰ ਕੈਰੀ ਫੋਰਵਰਡ ਕਰਨ 'ਚ, ਵੀ ਜਿਹਦਾ ਰਹਾਓ ਦਾ ਪਦਾ ਹੁੰਦਾ ਨਹੀਂ ਜੀ, ਛੰਤਾਂ ਵਿੱਚ ਰਹਾਓ ਹੁੰਦਾ ਹੀ ਨਹੀਂ ਜੀ, ਪਹਿਲੇ ਉੱਥੋਂ ਰਹਾਓ ਗਿਆ ਕੇਂਦਰੀ ਭਾਵ, ਫਿਰ ਉਹਦਾ ਕਿਹਦਾ ਗਿਆ, ਫਿਰ ਸ਼ਬਦਾਂ ਵਿੱਚ ਵੀ ਰਹਾਓ ਤੋਂ ਬਿਨਾਂ ਵਾਲੇ ਸ਼ਬਦ ਹੈਗੇ ਨੇ। ਫਿਰ ਆਪਾਂ ਪਹਿਲੇ ਗੱਲ ਕੀਤੀ 2 ਰਹਾਓ, ਜਿਸ ਤਰ੍ਹਾਂ 3 ਰਹਾਓ, 4 ਰਹਾਓ, 6 ਰਹਾਓ, ਉਹਨਾਂ ਵਿੱਚ ਫਿਰ ਕਿੰਨੇ ਕੇਂਦਰੀ ਭਾਵ ਹੋ ਗਏ ਜੀ। ਤਾਂ ਫਿਰ ਅਸਲ ਗੱਲ ਹੈ ਕਿ ਰਹਾਓ ਦਾ ਪਦਾ ਉਹ ਪਦਾ ਹੁੰਦਾ ਹੈ ਜਿਹੜਾ ਕਿ ਸ਼ਬਦ ਦਾ ਘਰ ਹੈ, ਉਹ ਘਰ ਭਾਵੇਂ ਪਹਿਲਾ, ਭਾਵੇਂ ਦੂਜਾ, ਤੀਸਰਾ, ਚੌਥਾ, ਪੰਜਵਾਂ, ਛੇਵਾਂ, ਕੋਈ ਵੀ ਹੈ, ਸਾਰਾ ਸ਼ਬਦ ਦੇ ਜਿੰਨੇ ਪਦੇ ਨੇ, ਪਦਾ ਇੱਕ ਹੈ, ਪਦੇ 2 ਨੇ, 3 ਨੇ, 6 ਨੇ, 8 ਨੇ, ਜਿੰਨੇ ਪਦੇ ਨੇ ਸਾਰੇ ਉਸੇ ਘਰ 'ਚ ਹੋਣਗੇ ਜਿਹੜੇ ਘਰ ਦਾ ਉੱਪਰ ਲਿਖਿਆ ਜ਼ਿਕਰ ਕੀਤਾ। ਸਿਰਫ ਰਹਾਓ ਦਾ ਪਦਾ ਇੱਕ ਇਹੋ ਜਿਹਾ ਪਦਾ ਘਰ ਦੇ ਵਿਧਾਨ ਵਿੱਚ ਜਿਹੜਾ ਕਿ ਸ਼ਬਦ ਦੇ ਘਰ ਦੇ ਵਿੱਚੋਂ ਰਿਹਾ ਹੋਇਆ, ਉਹ ਰਿਹਾ ਹੋਣ ਕਰਕੇ ਉਹਨੂੰ ਬੋਲਦੇ ਰਹਾਓ।
ਔਰ ਉਹ ਉਹਨਾਂ ਸ਼ਬਦਾਂ ਵਿੱਚ ਨਹੀਂ ਹੁੰਦਾ ਜਿੱਥੇ ਕੋਈ ਕਲੈਰਿਟੀ ਹੈ, ਕਲੀਅਰ ਆਰ ਘਰ ਸਾਹਮਣੇ ਬਣ ਰਿਹਾ। ਜਿੱਥੇ ਕੋਈ ਦੁਬਦਾ ਹੋਏ ਵੀ ਇਹ ਵੀ ਘਰ ਹੋ ਸਕਦਾ, ਇਹ ਵੀ ਹੋ ਸਕਦਾ, ਇੱਕ ਦੁਬਦਾ ਵਾਲਾ ਜਿਹੜਾ ਨਹੀਂ ਹੈਗਾ ਉਹਨੂੰ ਰਹਾਓ ਤੇ ਪਾਤਾ। ਜਿਹੜਾ ਰਹਾਓ ਦਾ ਘਰ ਹੈ ਉਹ ਬਾਕੀ ਸ਼ਬਦ ਦਾ ਘਰ ਨਹੀਂ ਹੈ, ਤੇ ਵਾਈਸ ਵਰਸਾ ਆਲਸੋ ਟਰੂ, ਜਿਹੜਾ ਘਰ ਦਾ ਸ਼ਬਦ ਦਾ ਘਰ ਹੈ ਉਹ ਰਹਾਓ ਦਾ ਨਹੀਂ ਹੈ। ਜਿਹੜਾ ਤੋਂ ਰਹਾਓ ਦੀ ਡੈਫੀਨੇਸ਼ਨ ਹੁਣ ਕੀ ਬਣੀ, ਉਹ ਜਿਹੜਾ ਪਦਾ ਸ਼ਬਦ ਦੇ ਘਰ ਦੇ ਸ਼ਬਦ ਦੇ ਬਾਕੀ ਪਦਿਆਂ ਦੇ ਘਰ ਤੋਂ ਰਿਹਾ ਹੋਇਆ ਹੋਵੇ ਉਹਨੂੰ ਬੋਲਦੇ ਨੇ ਰਹਾਓ ਦਾ ਪਦਾ। ਅੱਛਾ, ਰਹਾਓ ਦਾ ਪਦਾ ਹੋਣਾ ਨਾ ਹੋਣਾ ਆਪਾਂ ਡਿਸਕਸ ਕੀਤਾ, ਮਹੱਤਵਪੂਰਨ ਹੈ। ਇੱਕ ਜਿਹੜਾ ਆਰੰਭਕ ਬਚਪਨ ਜਿਹੜਾ ਕੁਸਚਨ ਆਇਆ ਸੀ ਉਹਦਾ ਵੀ ਹੱਲ ਇਸ ਖੋਜ 'ਚ ਮਿਲਿਆ ਵੀ ਰਹਾਓ ਦਾ ਪਦਾ ਦੂਜਾ ਪਦਾ ਹੀ ਕਿਉਂ ਹੁੰਦਾ, ਕਿਉਂਕਿ ਪੜਤਾਲ ਵਿੱਚ ਰਹਾਓ ਦਾ ਪਦਾ ਪਹਿਲਾ ਪਦਾ ਹੁੰਦਾ। ਜੇ ਪੜਤਾਲ ਹੋਏਗੀ, ਉੱਪਰ ਪੜਤਾਲ ਲਿਖਿਆ ਅਤੇ ਰਹਾਓ ਦਾ ਪਦਾ ਪਹਿਲਾ ਪਦਾ ਹੈ ਜੀ, ਅਤੇ ਜੇ ਬਾਕੀ ਸਾਰੇ ਸ਼ਬਦ ਜਿਹੜੇ ਇੱਕੋ ਤਾਲ 'ਚ ਪੜ੍ਹਨੇ ਨੇ, ਪੜਤਾਲ ਦਾ ਮਤਲਬ ਹੈ ਇੱਕ ਤੋਂ ਵੱਧ ਤਾਲਾਂ ਵਿੱਚ ਪੜ੍ਹਿਆ ਜਾਣ ਵਾਲਾ ਸ਼ਬਦ, ਉਹਦੇ ਪੜਤਾਲ 'ਚ ਹਮੇਸ਼ਾ ਇੱਕ ਤੋਂ ਵੱਧ ਅੰਤਰੇ ਹੋਣਗੇ, ਪਦੇ ਹੋਣਗੇ, ਕਿਉਂਕਿ ਦੋ ਤਾਲਾਂ ਇਸਤੇਮਾਲ ਹੋਣੀਆਂ ਜੀ, ਅਤੇ ਸ਼ਬਦ ਵਿੱਚ ਇੱਕੋ ਤਾਲ ਸਾਰਾ ਸ਼ਬਦ ਹੋ ਜਾਂਦਾ। ਦੈਟਸ ਮੀਨ ਦੇਰ ਇਜ਼ ਅ ਮੈਥਮੈਟਿਕਸ ਬਿਹਾਈਂਡ ਦਿਸ, ਦੇਰ ਇਜ਼ ਏ ਸੈੱਟ ਸਿਸਟਮ। ਔਰ ਮੈਨੂੰ ਪੱਕਾ ਯਕੀਨ ਹੈ ਕਿ ਗੁਰੂ ਸਾਹਿਬ ਦੇ ਵੇਲੇ ਜਦੋਂ ਗੁਰੂ ਸਾਹਿਬ ਦੇ ਦਰਬਾਰ 'ਚ ਕੀਰਤਨ ਹੁੰਦਾ ਸੀ, ਵਿਆਖਿਆ ਹੁੰਦੀ ਸੀ, ਇਹ ਸੰਗਤੀ ਆਮ ਨੌਲੇਜ ਸੀ ਘਰ ਕੀ ਹੁੰਦਾ। ਓਵਰ ਏ ਪੀਰੀਅਡ ਆਫ ਟਾਈਮ, ਜਿਸ ਤਰ੍ਹਾਂ ਕਈ ਵਾਰੀ ਜੋ ਜਿਸ ਜਨਰੇਸ਼ਨ ਜੋ ਗੱਲਾਂ ਹੋ ਰਹੀਆਂ ਉਹਨਾਂ ਦੇ ਬੱਚਿਆਂ ਨੂੰ ਉਹ ਸਾਰੀਆਂ ਗੱਲਾਂ ਦਾ ਇਲਮ ਨਹੀਂ ਵੀ ਹੁੰਦਾ, ਅਤੇ ਇਹ ਕਿਤੇ ਇਸ ਤਰ੍ਹਾਂ ਹੋਇਆ ਕਿ ਇੱਕ ਜਨਰੇਸ਼ਨ ਇਸ ਤਰ੍ਹਾਂ ਦੇ ਵਿੱਚੋਂ ਨਿਕਲ ਗਈ ਕਿ ਅਗਲਿਆਂ ਨੂੰ ਦੇਵਾ ਟੋਟਲੀ ਅਨਅਵੇਅਰ ਵੀ ਵਟ ਇਜ਼ ਸਿਸਟ ਘਰ, ਅਤੇ ਅਸੀਂ ਉਸ ਪੀਰੀਅਡ 'ਚ ਹੋ ਗਏ ਹਾਂ ਕਿ ਘਰ ਦਾ ਇਨਫੋਰਮੇਸ਼ਨ ਨਹੀਂ ਸੀ। ਅਤੇ ਘਰ ਦਾ ਵਿਧਾਨ ਜਿਹੜੀ ਬੁੱਕ ਹੈ ਉਹ ਬਹੁਤ ਹੀ ਜਲਦ ਡਾਕਟਰ ਚਰਨ ਕਮਲ ਸਿੰਘ ਜੀ ਹੋਰਾਂ ਦੀ ਆਉਣ ਵਾਲੀ ਹੈ, ਤਾਂ ਤੁਸੀਂ ਹੋਰ ਜਾਣਕਾਰੀ ਜੇਕਰ ਚਾਹੁੰਦੇ ਹੋ ਤਾਂ ਉਸ ਤੋਂ ਤੁਸੀਂ ਲੈ ਸਕਦੇ ਹੋ ਜਾਣਕਾਰੀ। ਔਰ ਜੇਕਰ ਤੁਹਾਨੂੰ ਇਹ ਪ੍ਰੋਗਰਾਮ, ਕਿਉਂਕਿ ਸਮਾਂ ਮੇਰੇ ਕੋਲ ਬਹੁਤਾ ਨਹੀਂ ਹੈਗਾ, ਮੈਂ ਚਾਹੁੰਦਾ ਸੀਗਾ ਕਿ ਹੋਰ ਰੂਹਾਨੀ ਗੱਲਾਂ ਹੋਣ, ਲੇਕਿਨ ਸਮਾਂ ਮੇਰੇ ਕੋਲ ਬਹੁਤਾ ਨਹੀਂ ਹੈਗਾ। ਮੈਂ ਜਾਣਕਾਰੀ ਜਿਹੜੀ ਹੈ ਤੁਸੀਂ ਇਹਨਾਂ ਦੀ ਉਹ ਹੇਠ ਲਿਖੇ ਨੰਬਰ ਦੇ ਉੱਤੇ ਲੈ ਸਕਦੇ ਹੋ। ਇਹਨਾਂ ਦੀ ਈਮੇਲ ਆਈ ਡੀ ਜੋ ਕਿ SMTV ਸਕਰੀਨ ਦੇ ਉੱਤੇ ਚੱਲ ਰਹੀ ਹੈ, ਇਹਨਾਂ ਦਾ ਪਰਸਨਲ ਸੈੱਲ ਨੰਬਰ ਹੈ, ਅਤੇ ਨਾਲ ਹੀ ਇਹਨਾਂ ਦੀ ਈਮੇਲ ਆਈ ਡੀ ਹੈਗੀ ਹੈ। ਜੇਕਰ ਤੁਸੀਂ ਰਾਬਤਾ ਕਾਇਮ ਕਰਨਾ ਚਾਹੁੰਦੇ ਹੋ ਡਾਕਟਰ ਚਰਨ ਕਮਲ ਸਿੰਘ ਜੀ ਦੇ ਨਾਲ ਤਾਂ ਤੁਸੀਂ ਕਰ ਸਕਦੇ ਹੋ। ਲੁਧਿਆਣਾ ਵਿਖੇ ਇਸ਼ਮੀਤ ਮਿਊਜ਼ੀਕਲ ਕਾਲਜ ਵੀ ਜਿਹੜਾ ਹੈਗਾ, ਜਿਹਦੇ ਵਿੱਚ ਮਿਊਜ਼ਿਕ ਦੀ ਟ੍ਰੇਨਿੰਗ, ਹੋਰ ਕ੍ਰੀਏਟਿਵਿਟੀ ਜਿਹੜੇ ਅਗਰ ਤੁਹਾਡੇ ਬੱਚਿਆਂ ਦੇ ਵਿੱਚ ਹੈ ਉਹਦੀ ਨੌਲੇਜ ਉੱਥੇ ਪ੍ਰਾਪਤ ਹੁੰਦੀ ਹੈ। ਜੇਕਰ ਉਹ ਵੀ ਤੁਸੀਂ ਚਾਹੁੰਦੇ ਹੋ ਤਾਂ ਉਹਦੀ ਵੀ ਜਾਣਕਾਰੀ ਤੁਸੀਂ ਇਸ ਹੇਠ ਲਿਖੇ ਨੰਬਰ ਦੇ ਉੱਤੇ ਲੈ ਸਕਦੇ ਹੋ। ਔਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਵੀ ਇਸ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ info@justbroadcasting.com, harkirat@justbroadcasting.com ਦੇ ਉੱਤੇ ਤੁਸੀਂ ਲਿਖ ਸਕਦੇ ਹੋ ਔਰ ਤੁਸੀਂ ਵੀ ਇਸ ਸ਼ੋਅ ਦਾ ਹਿੱਸਾ ਬਣ ਸਕਦੇ ਹੋ। ਆਪਣਾ ਨੰਬਰ ਅਤੇ ਆਪਣਾ ਟੈਲੀਫੋਨ ਦਾ ਜਿਹੜਾ ਨੰਬਰ ਹੈ ਜਾਂ ਆਪਣਾ ਨਾਮ, ਉਹ ਜ਼ਰੂਰ ਈਮੇਲ ਦੇ ਵਿੱਚ ਲਿਖ ਦਿਓ ਤਾਂ ਕਿ ਅਸੀਂ ਤੁਹਾਨੂੰ ਕਾਲ ਕਰ ਸਕੀਏ। ਅਤੇ ਡਾਕਟਰ ਸਾਹਿਬ, ਤੁਸੀਂ ਇੱਥੇ ਪਹੁੰਚੇ, ਬਹੁਤ ਬਹੁਤ ਧੰਨਵਾਦ। ਕੁਝ ਆਖਰੀ ਸੁਨੇਹਾ ਤੁਸੀਂ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੁੰਦੇ ਹੋ? ਤਾਂ ਮੈਂ ਚੈਨਲ ਦੇ ਦਰਸ਼ਕਾਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਸਮੇਂ ਸਿਰ ਗੁਰਬਾਣੀ ਦੇ ਲੜ ਲਾਈਏ। ਉਹਨਾਂ ਨੂੰ ਜੇ ਗੁਰਬਾਣੀ ਸਮਝ ਨਹੀਂ ਆਏਗੀ ਉਹ ਧੱਕੇ ਨਾਲ ਨਹੀਂ ਹੋਏਗਾ, ਅਸੀਂ ਸਮਝੀਏ, ਉਹਨਾਂ ਨੂੰ ਸਮਝਾਈਏ, ਸਾਖੀਆਂ ਵਾਲੇ ਬੱਚੇ ਨੂੰ ਸਾਖੀਆਂ ਸੁਣਾਈਏ ਸਮਝ ਕੇ ਭਾਵਨਾ ਦੇ ਨਾਲ, ਤਾਂ ਕਿ ਉਹਨਾਂ ਨੂੰ ਅਗਲੀ ਸਾਖੀ ਸੁਣਨ ਦਾ ਚਾਅ ਪਹਿਲਾਂ ਤੋਂ ਹੋਏ। ਔਰ ਗੁਰਬਾਣੀ ਦੇ ਅਰਥ ਕਰਾਂਗੇ ਅਤੇ ਗੁਰਬਾਣੀ ਦਾ ਅਸਰ ਉਹਨਾਂ ਦੇ ਰੂਹ 'ਤੇ, ਉਹਨਾਂ ਦੇ ਮਨ 'ਤੇ ਜ਼ਰੂਰ ਆਏਗਾ, ਅਤੇ ਸਾਡਾ ਉਹਨਾਂ ਦਾ ਵੀ ਅਤੇ ਸਾਡਾ ਵੀ ਲੋਕ ਸੁਖੀਆ ਹੋਏਗਾ, ਪਰਲੋਕ ਸੁਹੇਲੇ ਹੋਣਗੇ। ਕਿਆ ਬਾਤ ਹੈ ਜੀ! ਅਤੇ ਇਹ ਸੀਗੇ ਡਾਕਟਰ ਚਰਨ ਕਮਲ ਸਿੰਘ ਜੀ, ਅਤੇ ਮੈਂ ਸੀਗਾ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਅਤੇ ਮੈਨੂੰ ਅਤੇ ਡਾਕਟਰ ਚਰਨ ਕਮਲ ਸਿੰਘ ਜੀ ਨੂੰ ਇਸ ਪ੍ਰੋਗਰਾਮ ਤੋਂ ਦਵੋ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।